ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਿਊ ਡੇ ਨਿਊ ਬਿਗਨਿੰਗ ਤੇ ਅੱਜ ਇੱਕ ਨਵਾਂ ਪ੍ਰੋਜੈਕਟ ਅਸੀਂ ਜਾ ਰਹੇ ਹਾਂ ਜੀ ਅੱਜ ਲੁਧਿਆਣੇ ਅੱਜ ਦਾ ਡੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਸ ਟਾਈਮ ਅਸੀਂ ਕਲਾਸ ਕੈਫੇ ਦੇ ਬਾਹਰ ਹਾਂ ਭੁੱਖ ਲੱਗੀ ਅੱਜ ਘਰੇ ਐਕਚੁਅਲ ਚ ਕਿਹਾ ਹੋਇਆ ਕਿ ਅੱਜ ਰਵਿਦਾਸ ਭਾਈ ਦਾ ਜਨਮਦਿਨ ਹੈ ਤੇ ਘਰ ਦੇ ਉੱਥੇ ਗਏ ਹੋਏ ਨੇ ਤੇ ਅਸੀਂ ਹੋ ਗਏ ਲੇਟ ਉਹਨਾਂ ਨੇ ਬੁਲਾਇਆ ਸੀਗਾ ਕਿ 11 ਵਜੇ ਜਾਣਾ ਫਟਾਫਟ ਚੱਕਾਂਗੇ ਇੱਥੋਂ ਆਰਡਰ ਟੂ ਸੈਂਡਵਿਚਸ ਤੇ ਮੈਂ ਕਾਫੀ ਦਾ ਸ਼ਕੀਨ ਹਾਂ ਤੇ ਇਹ ਥੋੜਾ ਜਿਹਾ ਅੱਜ ਫਰੈਸ਼ ਲਾਈਮ ਸੋਡਾ बहुत अच्छा लग रहा पर जे मेरे ऑफिस वाले ने व्लॉग देख लिया उन्होंने मार देना मैं बहाना होर लाया देखो जी चोरियां फड़दे हो चुके लेट ते लेट होना नहीं चाहिए था, ते हुण ऑन द वे टू लुधियाणा लेट होना नहीं चाहिए बिल्कुल नहीं होना चाहिए पर आपा फिर तो हो गया यही कराउंदी हमेशा मतलब कल शेयर करके स्वाद आ रहा है देखो हुण 22 साल का बच्चा साडा है ते चढ़ाइयां ते ऑफिसर बन गया मेरी मम्मी बहुत अच्छी है भाजी तुसी चांस तारे खादे भाई यार बड़े ही स्वाद होंदे थी भाई चांस तारे भी तो दूजा आम भजन एक और सी गुरु चला इन दोनों ने नहीं खादे होने चांस तारे तो पता ही नहीं होना मतलब चांस तारे जो हुण आपां जे किसे पिंड विच दे लंघे तुहानू चांस तारे खवावांगे एक बार मैनू व्यूज दो जरूर दस्सो वी कीने कहिंदे आम भजन ते चांस तारे खादे ने मैनू मतलब स्कूल च हुण भी याद आ रिहा खादा सब तो पहला डेडिकेशन देखो बच्चे दे पैर ते लगी हुई है सट ਇਹ ਫਿਰ ਵੀ ਇਹਨੂੰ ਅੱਜ ਅਸੀਂ ਮਨਾ ਕਰਿਆ ਸੀਗਾ ਕਿ ਤੂੰ ਆਉਣਾ ਨਹੀਂ ਹੈਗਾ ਕਿਉਂਕਿ ਤੇਰੇ ਸੱਟ ਲੱਗੀ ਹੋਈ ਹੈ ਪਰ ਤੁਸੀਂ ਇਹਦੀ ਫੇਸ ਦੀ ਸਮਾਈਲ ਦੇਖ ਰਹੇ ਹੋ ਇਹ ਇਸੇ ਲਈ ਹੈ ਕਿਉਂਕਿ ਇਹ ਚਾਹੁੰਦੀ ਸੀ ਕਿ ਨਹੀਂ ਯਾਰ ਹੁਣ ਜਦ ਮਨਾ ਕਰਨਾ ਨਹੀਂ ਹੈਗਾ ਜਦੋਂ ਇੱਕ ਵਾਰ ਕਮਿਟਮੈਂਟ ਹੋ ਗਈ ਤੇ ਆਹ ਭਾਜੀ ਆਪਣੇ ਮੈਨੇਜਰ ਸਾਹਿਬ ਨੇ ਜੀ ਐਸ ਐਸ ਇਮੀਗ੍ਰੇਸ਼ਨ ਦੇ ਤੇ ਹੁਣ ਆਪਾਂ ਕਰਨਾ ਮੀਟਿੰਗ ਕਿ ਅੱਜ ਦਾ ਕੀ ਏਜੰਡਾ ਹੋਊਗਾ ਆਹ ਮੀਟਿੰਗ ਪਰਸਨ ਦੇਖ ਲਓ ਤੁਸੀਂ ਸਾਰੇ ਹਲੇ ਇੱਕ ਦੋ ਮੈਂਬਰ ਐਸ ਐਸ ਇਮੀਗ੍ਰੇਸ਼ਨ ਦੇ ਮੈਂਬਰਸ ਆਉਣ ਵਾਲੇ ਨੇ ਤੇ ਪ੍ਰੋਪਰ ਡਿਸਕਸ਼ਨ ਕਰਨੀ ਆਪਾਂ ਨੇ ਕਿ ਅੱਜ ਦਾ ਏਜੰਡਾ ਕੀ ਹੋਣਾ ਚਾਹੀਦਾ ਕੀ ਕੀ ਆਪਾਂ ਕਰ ਸਕਦੇ ਹਾਂ ਸੋ ਬੇਸਿਕਲੀ ਸਾਡੀ ਰੂਟੀਨ ਇਹੀ ਰਹਿੰਦੀ ਹੈ ਕਿ ਕੋਈ ਨਾ ਕੋਈ ਵੀਕ ਦੇ ਵਿੱਚ ਕਿਤਨਾ ਕਿਤੇ ਕੋਈ ਨਾ ਕੋਈ ਵਿਜ਼ਿਟ ਰਹਿੰਦੀ ਹੈ ਹੁੰਦੀ ਹੈ ਨਾ ਬੇਸਿਕਲੀ ਕੰਮ ਤਾਂ ਹਾਂ ਕੰਮ ਤਾਂ ਛੁੱਟੀ ਹੁੰਦੀ ਹੈ ਤਾਂ ਛੁੱਟੀ ਹੁੰਦੀ ਨਹੀਂ ਹੈਗੀ ਕਿ ਨਵੀਂ ਪਰਸਨੈਲਿਟੀਜ਼ ਨੂੰ ਮਿਲਣ ਦਾ ਜਾਂ ਨਵੀਂ ਆਰਗੇਨਾਈਜੇਸ਼ਨ ਨੂੰ ਮਿਲਣ ਦਾ ਕੋਈ ਨਾ ਕੋਈ ਸਬਬ ਮਿਲਦਾ ਸੋ ਇਹੀ ਲਾਈਫ ਹੈ ਅੱਛਾ ਲੱਗਦਾ ਹੈ ਟਰੈਵਲ ਕਰਨਾ ਤੇ ਇਹੀ ਲਾਈਫ ਸੋਚਦੇ ਹੁੰਦੇ ਸੀਗੇ ਇੱਥੇ ਉਹੀ ਲਾਈਫ ਮਿਲ ਰਹੀ ਹੈ ਪਰਮਾਤਮਾ ਦਾ ਸ਼ੁਕਰ ਹੈ ਤੁਸੀਂ ਦੱਸੋ ਜੀ ਕੀ ਕਹਿਣਾ ਚਾਹੋਗੇ ਸ਼ੁਕਰ ਹੈ ਸ਼ੁਕਰ ਦਿਸ ਇਜ਼ ਹਾਊ ਵੀ ਪਲਾਨ देखो साढ़े एक्सपर्ट जी डूइंग द बेसिक्स के पहला सारा कुछ रेटर लिख लो कि की करना है फिर उस पर वर्क करो
ਛੁੱਟੀਆਂ ਛੁੱਟੀਆਂ ਉਮਰਾਂ ਨੇ ਜ਼ਿੰਮੇਵਾਰੀਆਂ ਦੇਖੋ ਕਿੰਨੀਆਂ ਭਾਰੀਆਂ ਪਈਆਂ ਹੋਈਆਂ ਦੇਖੋ ਉਹਨੂੰ ਕਿਵੇਂ ਦੇਖ ਰਿਹਾ ਸਾਰੇ ਆ ਤਾਂ ਨਿਹਾਰੇ ਰਿਹਾ ਸਾਡਾ NW ਇਹ ਵੀ ਤਾਂ ਨਾਈਟ ਸ਼ਿਫਟ ਤੋਂ ਆਇਆ ਸੀਗਾ ਅੱਖਾਂ ਤੁਸੀਂ ਦੇਖ ਸਕਦੇ ਹੋ ਤੇ ਇਹਨੇ ਸ਼ਰਮਾ ਕੇ ਕਾਫੀ ਨੂੰ ਮਨਾ ਕਰਤਾ ਸੱਚ ਸੁਣਾਉਣਾ ਸੀ ਤੁਹਾਨੂੰ ਗਲਤ ਗੱਲ ਹੈ ਯਾਰ ਇਹ ਸੱਚੇ ਦੋਸਤ ਨੇ ਇਹ ਸਾਡੇ ਸੱਚੇ ਦੋਸਤ ਨੇ ਇਹ ਕੁਛ ਵੀ ਕਰ ਸਕਦੇ ਨੇ ਤੇ ਜਿਹਨੂੰ ਕੁਛ ਕਰਨਾ ਚਾਹੀਦਾ ਕੁਛ ਕਰ ਨਹੀਂ ਰਿਹਾ ਬੱਚੇ ਕਰੋ ਮੈਨੂੰ ਕੁਛ ਨੀ ਪਾਇਆ ਦੋਸਤੋ ਹੁਣੇ ਹੁਣੇ ਸਾਰੀ ਸੀਕਰਟ ਡਿਸਕਸ਼ਨ ਹੋ ਚੁੱਕੀ ਹੈ ਇੰਸਟਰਕਸ਼ਨਸ ਮਿਲੀਆਂ ਨੇ ਮੈਨੂੰ ਖਾਸ ਕਰ ਅਤੇ ਹੁਣ ਉਹਨੂੰ ਆਪਾਂ ਫੋਲੋ ਕਰਾਂਗੇ ਉਹ ਮੈਂ ਤੁਹਾਨੂੰ ਦੱਸ ਨਹੀਂ ਸੀ ਸਕਦਾ ਇਸ ਲਈ ਉਹਨੇ ਮੈਨੂੰ ਕੰਨ 'ਚ ਦੱਸੀਆਂ ਨੇ ਤੁਹਾਡੇ ਕੰਨ 'ਚ ਕਿਤੋਂ ਦੱਸਾਂ ਮੈਂ ਤੁਸੀਂ ਵੀ ਵੀਡੀਓ ਦੇਖ ਕੇ ਆਏ ਅਰੇ ਵਾਹ ਲੁਧਿਆਣੇ ਦੇ ਵਿੱਚ ਹੈ ਜੀ ਐਡਰੈਸ ਕੀ ਹੈ ਕੈਪਸ਼ਨ ਦੇ ਵਿੱਚ ਮੈਂਸ਼ਨ ਹੋਏਗਾ ਲੋਕਲ ਪੀਪਲ ਇਹਨਾਂ ਕੋਲ ਵਿਜ਼ਿਟ ਕਰ ਸਕਦੇ ਨੇ ਅਤੇ ਅਗਰ ਕੋਈ ਬਾਹਰੋਂ ਹੈਗਾ ਜੀ ਯਾਨੀ ਕਿ ਕੋਈ ਜਲੰਧਰ ਤੋਂ ਹੈ ਦੂਰੋਂ ਹੈਗਾ ਜੀ ਉਹ ਕਾਲ 'ਤੇ ਕੰਸਲਟ ਕਰ ਸਕਦੇ ਨੇ ਸੋ ਕੋਈ ਵੀ ਕੁਐਰੀ ਹੋਈ ਜੀ ਤੁਸੀਂ ਪਹੁੰਚੋ ਅਤੇ ਜਾਓ ਕਨੇਡੇ ਸੋ ਡਨ ਵਿਦ ਦਾ ਡੇ ਨੋ ਡਨ ਵਿਦ ਦਾ ਵਨ ਥਿੰਗ ਪਿੱਛੇ ਦਿਖਾ ਜਿਹੜੀ ਮੇਨ ਦੇਖਣ ਵਾਲਾ ਦੇਖੋ ਜੀ ਜਦੋਂ ਭੁੱਖ ਲੱਗਦੀ ਆ ਫਿਰ ਕੋਈ ਕਿਸੇ ਦਾ ਸਗਾ ਨਹੀਂ ਹੈਗਾ ਅੱਧਾ ਕੇਕ ਖਾ ਗਈ ਹੈ ਇਹਨੇ ਸਾਡੇ ਤੋਂ ਪੁੱਛਿਆ ਵੀ ਨਹੀਂ ਹੈਗਾ ਕਿਸੇ ਨੂੰ ਪੁੱਛਿਆ ਵੀ ਨਹੀਂ ਹੈ ਵੀ ਕੇਕ ਖਾਣਾ ਜਾਂ ਨਹੀਂ ਖਾਣਾ ਸਵਰਿਤ ਕੇਕ ਸਵਾਦ ਹੈ ਬਹੁਤ ਜ਼ਿਆਦਾ ਫਿਨਿਸ਼ ਬਹੁਤ ਸਹੀ ਰਿਹਾ ਅੱਜ ਬੜਾ ਅੱਛਾ ਰਿਹਾ ਬੜਾ ਪਿਆਰ ਮਿਲਿਆ ਸਾਰਿਆਂ ਤੋਂ ਤੇ ਬੜਾ ਅੱਛਾ ਸਾਰਾ ਕੁਝ ਕੈਪਚਰੇਸ਼ਨ ਵੀ ਹੋ ਗਈ ਤੇ ਹੁਣ ਆਪਾਂ ਦੇਖਦੇ ਹਾਂ ਕੋਈ ਖਾਣ ਵਾਲੀ ਜਗ੍ਹਾ ਮਿਲੇ ਯਾਰ ਬੜੀ ਭੁੱਖ ਲੱਗੀ ਆ ਹੌਟ ਐਂਡ ਕ੍ਰਸਟ ਦੇਖੋ ਜੀ ਸ਼ਾਮ ਹੋ ਗਈ ਆਲਮੋਸਟ ਮਤਲਬ ਕਿੰਨਾ ਟਾਈਮ ਹੋ ਗਿਆ 4:30 ਹੋ ਗਏ ਭੁੱਖ ਲੱਗੀ ਹੋਈ ਆ ਬਹੁਤ ਤੇ ਆਰਡਰ ਹੋ ਗਿਆ ਕਿ ਨਹੀਂ ਨਹੀਂ ਬ੍ਰੋ ਇਹਨਾਂ ਨੂੰ ਤੁਸੀਂ ਮੂੰਹ ਦੇਖ ਸਕਦੇ ਹੋ 4 ਵਜੇ ਤੋਂ ਬਾਅਦ ਇੱਦਾਂ ਹੀ ਹੋ ਜਾਂਦਾ ਹੈ ਹਮੇਸ਼ਾ ਭੁੱਖ ਲੱਗਣ ਤੋਂ ਬਾਅਦ ਇੱਦਾਂ ਹੋ ਜਾਂਦਾ 4 ਵਜੇ ਫੇਰ ਠੀਕ ਹੋ ਜਾਂਦਾ ਹਾਂ ਮਤਲਬ ਜਿਸ ਟਾਈਮ ਵੀ ਭੁੱਖ ਲੱਗੀ ਤਾਂ ਇੱਦਾਂ ਹੀ ਹੋਣਾ ਨੋ ਇੰਟਰਸਟ ਕੋਈ ਇਹਨਾਂ ਨੂੰ ਇੰਟਰਸਟ ਨਹੀਂ ਹੈਗਾ ਇਸ ਟਾਈਮ ਸਭ ਤੋਂ ਬੜੀ ਕਨਫਿਊਜ਼ਨ ਇਹ ਹੁੰਦੀ ਹੈ ਕਿ ਹੁਣ ਖਾਣਾ ਕੀ ਹੈ ਕਿਉਂਕਿ ਦੇਰ ਆਰ ਮਲਟੀਪਲ ਆਪਸ਼ਨਸ ਸੋ ਹੋਇਆ ਫਾਈਨਲ ਐਨੀਥਿੰਗ ਫਾਈਨਲ ਤੇਰਾ ਨਖਰਾ ਕਹਿਰ ਗੁਜ਼ਾਰ ਗਿਆ ਨੀ ਗੁੱਤ ਖੁੱਲ ਗਈ ਤੇਰੇ ਖੁੱਲ ਗਏ ਤੂੰ
शकल च डिफरेंस देख रहे हो बिफोर एंड आफ्टर खाने तो पहला की ते खाने तो बाद की आ देख लो ये पहले ही फर्क सी हुण भी फर्क चलिए फिर भाई चलिए हुण चलो जी आप जी वापसी लिए हुण चल चुके हैं ऑन द वे टू फतेहगढ़ साहब आज असि राती पिंडी रुकांगे फिर सवेरे जावांगे मोहाली ऑफिस ते कैसा लगा आज आपको हमारे साथ दिन व्यतीत करके या पूछ रहे तो हमें पूछना चाहिए वेरी नाइस आज बड़ा इमोशनल लग रहा थोनू ड्रॉप करना बस बहुत इमोशनल लग दिल खोल के रजमी सपोर्ट कर रहे हो साडी ऐदा ही इस वीडियो भी प्यार दियो जी तुसी पुरानी वीडियो सारियां बहुत ज्यादा प्यार दिता है आपां सोचा होया जी कि नैक्सट मंथ तक आपने अपने 1 लाख जिहड़े सबसक्राइबर है जी कंप्लीट करने ने और यह सिर्फ थोड़ी सपोर्ट नाल हो सकता है जी अदरवाइज पॉसिबल नहीं होना सो दिलों धन्यवाद जी सारियां दा तुसी अच्छा लग्या तां लाइक शेयर कमेंट कर दो जी सबसक्राइब कर लियो बहुत बहुत प्यार थैंक यू जी रब रखे जी